ਨਾਲ ਗਰਮੀ ਨੇ ਕਹਿਰ ਕੀਤਾ ਹੋਇਆ ਹੈ। ਉੱਥੇ ਹੀ ਸੇਵਾ ਭਾਵਨਾ ਵਾਲੇ ਪ੍ਰੇਮੀਆਂ ਨੇ ਥਾਂ ਥਾਂ ਤੇ ਠੰਡੇ ਪਾਣੀ ਦੀਆਂ ਛਬੀਲਾਂ ਦੀਆਂ ਸੇਵਾਵਾਂ ਨਿਭਾਈਆਂ। ਇਹ ਸੇਵਾਵਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ। ਸਤਨਾਮ ਸਿੰਘ, ਦਲਜੀਤ ਸਿੰਘ, ਬਿੱਲੂ ਜੀ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ ਤੇ ਲਾਡੀ ਜੀ ਵੱਲੋਂ ਦੁੱਧ ਸੋਡੇ ਦੀਆਂ ਛਬੀਲਾਂ ਦੇ ਨਾਲ ਨਾਲ ਕੜੀ ਚੌਲ, ਪੰਘੂਰ ਤੇ ਕੜਾ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਉਹਨਾਂ ਨਾਲ ਗੱਲਬਾਤ ਕਰਨ ਦੇ ਦੌਰਾਨ ਪਤਾ ਲੱਗਾ ਹੈ ਕਿ ਉਹ ਇਹ ਲੰਗਰ ਦੀਆਂ ਸੇਵਾਵਾਂ ਨੂੰ 12 ਸਾਲ ਤੋਂ ਕਰਦੇ ਆ ਰਹੇ ਹਨ। ਰਿਪੋਰਟਰ ਪਰਮਜੀਤ ਸਿੰਘ ਵੱਲੋਂ ਨਾਓ ਸਟਾਰ ਟੀਵੀ ਦੀ ਰਿਪੋਰਟ। ਛਬੀਲ ਦੇ ਵਿਚ ਕੀ ਲਾਇਆ ਤੁਸੀਂ? ਬਾਬਾ ਜੀ ਕੜੀ ਚੌਲ, ਅੰਗੂਰ, ਕੜਾ, ਛਬੀਲ। ਤੇ ਕਿੰਨੀ ਦੇਰ ਲੱਗੇ? ਤੇ ਕਿੰਨੀ ਦੇਰ ਤੱਕ ਚਲਾਉਂਦੇ ਹੁੰਦੇ? 5 ਵਜੇ ਤੱਕ ਚੱਲਦਾ ਰਹਿੰਦਾ। ਅੱਛਾ ਜੀ, ਕੁਛ ਕਹਿਣਾ ਚਾਹੁੰਦੇ ਸੰਗਤ ਨੂੰ? ਹਾਂਜੀ, ਇਹੋ ਸਹਿਯੋਗ ਤੋਂ ਸਾਡਾ ਬਾਬਾ ਕਿਰਪਾ ਦਾ। ਤੁਸੀਂ ਹਰ ਸਾਲ ਇੱਕ ਤਰ੍ਹਾਂ ਸੇਵਾ ਕਰਦੇ ਜੀ? ਓਏ ਪਲਸਾ ਬਾਈ ਫਤਿਹ, ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਸਭ ਕੁਛ ਹੁੰਦਾ ਜੀ। ਹਾਂਜੀ,